ਹੁਣ ਤੁਸੀਂ ਅਮਨ ਦੇਵ ਤੋਂ ਖਬਰਾਂ ਸੁਣੋ। ਸੀਬੀਆਈ ਨੇ ਏਮਸ ਪਟਨਾ ਦੇ ਤਿੰਨ ਮੈਡੀਕਲ ਵਿਦਿਆਰਥੀਆਂ ਨੂੰ ਨੀਟ ਅੰਡਰ ਗ੍ਰੈਜੁਏਟ ਪੇਪਰ ਲੀਕ ਮਾਮਲੇ ਵਿਚ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਹੈ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਕੱਲ੍ ਮੋਰੀਸ਼ੀਅਸ ਵਿਚ ਭਾਰਤ ਦੇ ਪਹਿਲੇ ਵਿਦੇਸ਼ੀ ਜਨ ਔਸ਼ਧੀ ਕੇਂਦਰ ਦਾ ਉਦਘਾਟਨ ਕੀਤਾ ਹੈ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਭਲਕੇ ਤੋਂ ਭੂਟਾਨ ਦੇ ਦੋ ਦਿਨਾਂ ਸਰਕਾਰੀ ਦੌਰੇ ਤੇ ਹੋਣਗੇ ਤੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੂੰ ਕੋਵਿਡ-19 ਲਈ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਰਾਸ਼ਟਰਪਤੀ ਚੋਣ ਦੀ ਦੌੜ ਤੋਂ ਬਾਹਰ ਹੋਣ ਲਈ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੇਂਦਰੀ ਜਾਂਚ ਬਿਊਰੋ ਸੀਬੀਆਈ ਨੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਸ ਏਮਸ ਪਟਨਾ ਦੇ ਤਿੰਨ ਮੈਡੀਕਲ ਵਿਦਿਆਰਥੀਆਂ ਨੂੰ ਰਾਸ਼ਟਰੀ ਯੋਗਤਾ ਤੇ ਦਾਖਲਾ ਪ੍ਰੀਖਿਆ ਨੀਟ ਅੰਡਰ ਗ੍ਰੈਜੁਏਟ ਪੇਪਰ ਲੀਕ ਮਾਮਲੇ ਵਿਚ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਹੈ। ਉਨ੍ਹਾਂ ਦੇ ਮੋਬਾਈਲ ਫੋਨ ਅਤੇ ਲੈਪਟਾਪ ਜਾਂਚ ਏਜੰਸੀ ਨੇ ਜ਼ਬਤ ਕਰ ਲਏ ਨੇ। ਸਾਲ 2021 ਬੈਚ ਦੇ ਇਨ੍ਹਾਂ ਵਿਦਿਆਰਥੀਆਂ ਨੂੰ ਬੀਤੀ ਰਾਤ ਉਨ੍ਹਾਂ ਦੇ ਹੋਸਟਲ ਤੋਂ ਹਿਰਾਸਤ ਵਿਚ ਲਿਆ ਗਿਆ। ਇਸ ਤੋਂ ਬਾਅਦ ਕਿਸੇ ਅਣਪਛਾਤੀ ਥਾਂ ਤੇ ਲੰਮੀ ਪੁੱਛਗਿੱਛ ਕੀਤੀ ਗਈ। ਸਬੰਧਤ ਵਿਦਿਆਰਥੀਆਂ ਦੇ ਕਮਰੇ ਸੀਲ ਕਰ ਦਿੱਤੇ ਗਏ ਨੇ। ਇਸ ਤੋਂ ਪਹਿਲਾਂ ਬੀਤੇ ਮੰਗਲਵਾਰ ਨੂੰ ਪਟਨਾ ਅਤੇ ਹਜ਼ਾਰੀਬਾਗ ਤੋਂ ਦੋ ਮੁੱਖ ਮੁਲਜ਼ਮਾਂ ਪੰਕਜ ਕੁਮਾਰ ਉਰਫ ਅਦਿੱਤੇ ਅਤੇ ਰਾਜੂ ਸਿੰਘ ਨੂੰ ਪੁੱਛਗਿੱਛ ਤੋਂ ਬਾਅਦ ਹਿਰਾਸਤ ਵਿਚ ਲਿਆ ਗਿਆ ਸੀ। ਸੀਬੀਆਈ ਹਲਕਿਆਂ ਨੇ ਦਸਿਆ ਕਿ ਏਮਸ ਦੇ ਵਿਦਿਆਰਥੀਆਂ ਨੂੰ ਨਲੰਦਾ ਦੇ ਸੰਜੀਵ ਕੁਮਾਰ ਸਿੰਘ ਉਰਫ ਲੁੱਟਣ ਮੁਖੀਆ ਦੀ ਅਗਵਾਈ ਵਾਲੇ ਸੋਲਵਰ ਗੈਂਗ ਦੇ ਮੈਂਬਰਾਂ ਦੀ ਹਜ਼ਾਰੀਬਾਗ ਤੋਂ ਪ੍ਰਾਪਤ ਸਵਾਲਾਂ ਨੂੰ ਹੱਲ ਕਰਨ ਵਿਚ ਮਦਦ ਕੀਤੀ ਸੀ। ਇਸ ਦੌਰਾਨ ਸੁਪਰੀਮ ਕੋਰਟ ਅੱਜ ਨੀਟ ਅੰਡਰ ਗ੍ਰੈਜੁਏਟ 2024 ਵਿਵਾਦ ਨਾਲ ਸਬੰਧਤ ਪਟੀਸ਼ਨਾਂ ਦੀ ਸੁਣਵਾਈ ਕਰੇਗੀ। 11 ਜੁਲਾਈ ਨੂੰ ਸਰਵਉੱਚ ਅਦਾਲਤ ਨੇ ਨੀਟ ਯੂਜੀ ਪੇਪਰ ਦੇ ਸੰਚਾਲਨ ਵਿਚ ਕਥਿਤ ਗੜਬੜੀਆਂ, ਪ੍ਰੀਖਿਆ ਨੂੰ ਰੱਦ ਕਰਨ, ਦੁਬਾਰਾ ਪ੍ਰੀਖਿਆ ਕਰਾਉਣ ਅਤੇ ਜਾਂਚ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ਤੇ ਸੁਣਵਾਈ ਅੱਜ ਤੱਕ ਲਈ ਮੁਲਤਵੀ ਕਰ ਦਿੱਤੀ ਸੀ ਕਿਉਂਕਿ ਕੇਂਦਰ ਅਤੇ ਰਾਸ਼ਟਰੀ ਟੈਸਟਿੰਗ ਏਜੰਸੀ ਐਨਟੀਏ ਦੇ ਜਵਾਬ ਅਜੇ ਕੁਝ ਧਿਰਾਂ ਨੂੰ ਪ੍ਰਾਪਤ ਨਹੀਂ ਹੋਏ ਸਨ। ਚੀਫ਼ ਜਸਟਿਸ ਡੀ ਵਾਈ ਚੰਦਰਚੂੜ ਅਤੇ ਜਸਟਿਸ ਜੇ ਬੀ ਪਾਰਦੀਵਾਲਾ ਅਤੇ ਮਨੋਜ ਮਿਸ਼ਰਾ ਦਾ ਬੈਂਚ 40 ਤੋਂ ਵੱਧ ਪਟੀਸ਼ਨਾਂ ਤੇ ਸੁਣਵਾਈ ਕਰੇਗਾ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਕੱਲ੍ ਮੋਰੀਸ਼ੀਅਸ ਵਿਚ ਭਾਰਤ ਦੇ ਪਹਿਲੇ ਵਿਦੇਸ਼ੀ ਜਨ ਔਸ਼ਧੀ ਕੇਂਦਰ ਦਾ ਉਦਘਾਟਨ ਕੀਤਾ। ਉਦਘਾਟਨ ਮੌਕੇ ਉਨ੍ਹਾਂ ਨਾਲ ਮੋਰੀਸ਼ੀਅਸ ਦੇ ਪ੍ਰਧਾਨ ਮੰਤਰੀ ਪ੍ਰਵਿੰਦ ਕੁਮਾਰ ਜਗਨਨਾਥ ਵੀ ਸ਼ਾਮਲ ਹੋਏ। ਇਕ ਸੋਸ਼ਲ ਮੀਡੀਆ ਪੋਸਟ ਵਿਚ ਡਾ ਜੈਸ਼ੰਕਰ ਨੇ ਕਿਹਾ ਕਿ ਇਹ ਔਸ਼ਧੀ ਕੇਂਦਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇਸ ਸਾਲ ਦੇ ਸ਼ੁਰੂ ਵਿਚ ਕੀਤੇ ਵਾਅਦੇ ਨੂੰ ਪੂਰਾ ਕਰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਭਾਰਤ ਮੋਰੀਸ਼ੀਅਸ ਸਿਹਤ ਭਾਈਵਾਲੀ ਪ੍ਰੋਜੈਕਟ ਜਨਤਕ ਸਿਹਤ ਸੰਭਾਲ ਨੂੰ ਅਤੇ ਤੰਦਰੁਸਤੀ ਨੂੰ ਵਧਾਉਣ ਲਈ ਭਾਰਤ ਵਿਚ ਬਣੀਆਂ ਕਿਫਾਇਤੀ ਦਵਾਈਆਂ ਦੀ ਸਪਲਾਈ ਕਰੇਗਾ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਭਲਕੇ ਤੋਂ ਭੂਟਾਨ ਦੇ ਦੋ ਦਿਨਾਂ ਸਰਕਾਰੀ ਦੌਰੇ ਤੇ ਹੋਣਗੇ। ਵਿਦੇਸ਼ ਸਕੱਤਰ ਦਾ ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਦੀ ਪਹਿਲੀ ਵਿਦੇਸ਼ ਫੇਰੀ ਹੋਏਗੀ। ਦੌਰੇ ਦੌਰਾਨ ਸ੍ਰੀ ਮਿਸਰੀ ਭੂਟਾਨ ਦੇ ਰਾਜਾ ਨਾਲ ਮੁਲਾਕਾਤ ਕਰਨਗੇ। ਸ੍ਰੀ ਮਿਸਰੀ ਪ੍ਰਧਾਨ ਮੰਤਰੀ, ਵਿਦੇਸ਼ ਮੰਤਰੀ ਤੇ ਵਿਦੇਸ਼ ਵਪਾਰ ਮੰਤਰੀ ਨਾਲ ਮੁਲਾਕਾਤ ਤੋਂ ਇਲਾਵਾ ਭੂਟਾਨੀ ਹਮਰੁਤਬਾ ਅਤੇ ਸਰਕਾਰ ਦੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ। ਦੋਵੇਂ ਵਿਦੇਸ਼ ਸਕੱਤਰ ਭਾਰਤ ਭੂਟਾਨ ਵਿਕਾਸ ਸਹਿਯੋਗ ਗੱਲਬਾਤ ਦੀ ਸਹਿ ਪ੍ਰਧਾਨਗੀ ਵੀ ਕਰਨਗੇ। ਵਿਦੇਸ਼ ਮੰਤਰਾਲੇ ਨੇ ਕਿਹੈ ਕਿ ਇਹ ਦੌਰਾ ਭਾਰਤ ਤੇ ਭੂਟਾਨ ਦਰਮਿਆਨ ਨਿਯਮਿਤ ਉੱਚ ਪੱਧਰੀ ਆਦਾਨ ਪ੍ਰਦਾਨ ਦੀ ਪਰੰਪਰਾ ਨੂੰ ਧਿਆਨ ਵਿਚ ਰੱਖਦੇ ਹੋਏ ਅਤੇ ਭਾਰਤ ਸਰਕਾਰ ਦੀ ਆਪਣੀ ਨੇਬਰਹੁੱਡ ਫਸਟ ਨੀਤੀ ਨਾਲ ਜੁੜੀ ਸਰਵਉੱਚ ਤਰਜੀਹ ਨੂੰ ਦਰਸਾਉਂਦੀ ਹੈ। ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਇਕ ਪਿੰਡ ਵਿਚ ਅੱਜ ਸਵੇਰੇ ਦਹਿਸ਼ਤਗਰਦਾਂ ਨਾਲ ਹੋਏ ਮੁਕਾਬਲੇ ਚ ਦੋ ਜਵਾਨ ਜ਼ਖਮੀ ਹੋ ਗਏ ਨੇ। ਆਕਾਸ਼ਵਾਣੀ ਜੰਮੂ ਦੇ ਪੱਤਰ ਪ੍ਰੇਰਕ ਨੇ ਦਸਿਆ ਕਿ ਮੁਕਾਬਲਾ ਕਾਸਤੀਗੜ੍ਹ ਇਲਾਕੇ ਦੇ ਜੱਦਨ ਬਾਟਾ ਪਿੰਡ ਵਿਚ ਉਸ ਸਮੇਂ ਹੋਇਆ ਜਦੋਂ ਦਹਿਸ਼ਤਗਰਦਾਂ ਨੇ ਤਲਾਸ਼ੀ ਮੁਹਿੰਮ ਲਈ ਇਕ ਸਰਕਾਰੀ ਸਕੂਲ ਵਿਚ ਸਥਾਪਤ ਅਸਥਾਈ ਸੁਰੱਖਿਆ ਕੈਂਪ ਤੇ ਗੋਲੀਬਾਰੀ ਕੀਤੀ।
ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕੀਤੀ ਜਿਸ ਤੇ ਦੁਵੱਲੀ ਗੋਲੀਬਾਰੀ ਸ਼ੁਰੂ ਹੋ ਗਈ ਜੋ ਇਕ ਘੰਟੇ ਤੋਂ ਵੱਧ ਸਮੇਂ ਤੱਕ ਜਾਰੀ ਰਹੀ ਜਿਸ ਦੌਰਾਨ ਦੋ ਜਵਾਨ ਮਾਮੂਲੀ ਜ਼ਖਮੀ ਹੋ ਗਏ। ਸੋਮਵਾਰ ਅਤੇ ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਹੋਏ ਦਹਿਸ਼ਤਗਰਦ ਹਮਲੇ ਚ ਇਕ ਕੈਪਟਨ ਸਮੇਤ ਫੌਜ ਦੇ ਚਾਰ ਜਵਾਨਾਂ ਦੇ ਮਾਰੇ ਜਾਣ ਤੋਂ ਬਾਅਦ ਡੇਸਾ ਅਤੇ ਨਾਲ ਲਗਦੇ ਜੰਗਲੀ ਇਲਾਕਿਆਂ ਚ ਵੱਡੇ ਪੱਧਰ ਤੇ ਭਾਲ ਕਾਰਵਾਈ ਸ਼ੁਰੂ ਕੀਤੀ ਗਈ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੂੰ ਰਾਸ਼ਟਰਪਤੀ ਚੋਣ ਦੀ ਦੌੜ ਤੋਂ ਬਾਹਰ ਹੋਣ ਦੇ ਵੱਧ ਰਹੇ ਦਬਾਅ ਦਾ ਸਾਹਮਣਾ ਕਰਨਾ ਪੈ ਰਿਹੈ ਕਿਉਂਕਿ ਉਹ ਕੋਵਿਡ-19 ਲਈ ਪਾਜ਼ੇਟਿਵ ਪਾਏ ਗਏ ਨੇ। ਡੈਮੋਕਰੇਟਿਕ ਪਾਰਟੀ ਦੇ ਪ੍ਰਭਾਵਸ਼ਾਲੀ ਨੇਤਾ ਅਤੇ ਕੈਲੀਫੋਰਨੀਆ ਲਈ ਪ੍ਰਤੀਨਿਧ ਐਡਮ ਸ਼ਿਫ ਨੇ ਜਨਤਕ ਤੌਰ ਤੇ ਰਾਸ਼ਟਰਪਤੀ ਬਾਈਡਨ ਨੂੰ ਉਮੀਦਵਾਰੀ ਛੱਡਣ ਲਈ ਕਿਹਾ ਹੈ। ABC ਨਿਊਜ਼ ਨੇ ਦਸਿਆ ਕਿ ਇਕ ਹੋਰ ਸੀਨੀਅਰ ਨੇਤਾ ਚੱਕ ਸ਼ੂਮਰ ਅਤੇ ਕਾਂਗਰਸ ਵਿਚ ਸਭ ਤੋਂ ਸੀਨੀਅਰ ਡੈਮੋਕਰੇਟ ਨੇ ਬਾਈਡਨ ਨੂੰ ਕਿਹੈ ਕਿ ਜੇ ਰਾਸ਼ਟਰਪਤੀ ਉਨ੍ਹਾਂ ਦੀ ਉਮਰ ਤੇ ਸਿਹਤ ਸਬੰਧੀ ਚਿੰਤਾਵਾਂ ਤੋਂ ਬਾਅਦ ਉਮੀਦਵਾਰੀ ਛੱਡ ਦਿੰਦੇ ਨੇ ਤਾਂ ਇਹ ਡੈਮੋਕਰੇਟਿਕ ਪਾਰਟੀ ਲਈ ਬਿਹਤਰ ਹੋਵੇਗਾ। ਇਸ ਦੌਰਾਨ ਮਿਲਵਾਕੀ ਵਿਖੇ ਰਿਪਬਲਿਕਨ ਪਾਰਟੀ ਦੀ ਚੱਲ ਰਹੀ ਰਾਸ਼ਟਰੀ ਕਨਵੈਨਸ਼ਨ ਵਿਚ ਸ੍ਰੀ ਡੋਨਲਡ ਟਰੰਪ ਅਤੇ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੇਡੀ ਵੈਂਸ ਨੇ ਵੋਟਰਾਂ ਨੂੰ ਇਕ ਨਵਾਂ ਰਸਤਾ ਚੁਣਨ ਦੀ ਅਪੀਲ ਕੀਤੀ ਹੈ। ਸ੍ਰੀ ਵੈਂਸ ਦੀ ਭਾਰਤੀ ਮੂਲ ਦੀ ਪਤਨੀ ਸ੍ਰੀਮਤੀ ਊਸ਼ਾ ਵੈਂਸ ਨੇ ਬੀਤੀ ਰਾਤ ਰਿਪਬਲਿਕਨ ਰਾਸ਼ਟਰੀ ਸੰਮੇਲਨ ਵਿਚ ਉਨ੍ਹਾਂ ਦੀ ਜਾਣ ਪਛਾਣ ਕਰਵਾਈ। ਸ੍ਰੀ ਟਰੰਪ ਅੱਜ ਰਾਤੀ ਰਿਪਬਲਿਕਨ ਰਾਸ਼ਟਰੀ ਸੰਮੇਲਨ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਵਾਤਾਵਰਣ ਦਿਵਸ ਤੇ ਬੂਟੇ ਲਾਉਣ ਦੀ ਮੁਹਿੰਮ ਏਕ ਪੇੜ ਮਾਂ ਕੇ ਨਾਮ ਤਹਿਤ ਦੇਸ਼ ਭਰ ਦੇ ਲੋਕਾਂ ਨੂੰ ਇਸ ਬਰਸਾਤ ਦੇ ਮੌਸਮ ਵਿਚ ਬੂਟੇ ਲਾਉਣ ਦਾ ਸੱਦਾ ਦਿੱਤਾ ਹੈ। ਆਮ ਲੋਕ ਇਸ ਮੁਹਿੰਮ ਤੋਂ ਬੇਹੱਦ ਉਤਸ਼ਾਹਿਤ ਨੇ ਅਤੇ ਵੱਖ ਵੱਖ ਕਿਸਮ ਦੇ ਬੂਟੇ ਵੀ ਲਾ ਰਹੇ ਨੇ। ਇਸ ਦੌਰਾਨ ਬਠਿੰਡਾ ਦੀ ਰਹਿਣ ਵਾਲੀ ਜੈਸਮਿਨ ਦਾ ਕਹਿਣਾ ਹੈ ਕਿ ਸਾਨੂੰ ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ ਨੇ। ਅਖੌਤੀ ਵਿਕਾਸ ਲਈ ਹਰੇ ਭਰੇ ਰੁੱਖਾਂ ਦੀ ਕਟਾਈ ਅਤੇ ਨਵੇਂ ਰੁੱਖ ਲਾਉਣ ਤੇ ਪਾਲਣ ਵਿਚ ਸਾਡੀ ਅਣਗਹਿਲੀ ਆਉਣ ਵਾਲੀ ਪੀੜ੍ਹੀ ਨੂੰ ਬੜੀ ਮਹਿੰਗੀ ਪੈਣੀ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਹਰ ਮਨੁੱਖ ਲਾਵੇ ਇੱਕ ਰੁੱਖ ਅਤੇ ਬਚਾਵੇ ਇੱਕ ਰੁੱਖ ਤਾਂ ਜੋ ਆਉਣ ਵਾਲੇ ਸਮੇਂ ਵਿਚ ਆਰਟੀਫਿਸ਼ਲ ਆਕਸੀਜਨ ਦੀ ਥਾਂ ਸ਼ੁੱਧ ਅਤੇ ਕੁਦਰਤੀ ਆਕਸੀਜਨ ਸਾਨੂੰ ਮਿਲੇ। ਵੱਧ ਰਹੀ ਗਲੋਬਲ ਵਾਰਮਿੰਗ ਨੂੰ ਘਟਾਉਣ ਲਈ ਆਓ ਹੋਈਏ ਆਪਾਂ ਸਾਰੇ ਤਿਆਰ, ਉੱਠੋ ਚੱਲੋ ਕਰੀਏ ਕੁਦਰਤ ਨਾਲ ਪਿਆਰ। ਜਸਟਿਸ ਨੋਂਗ ਮਾਈਕੱਪਮ ਕੋਟੀਸ਼ਵਰ ਸਿੰਘ ਅਤੇ ਜਸਟਿਸ ਆਰ ਮਹਾਦੇਵਨ ਨੇ ਅੱਜ ਸੁਪਰੀਮ ਕੋਰਟ ਦੇ ਜੱਜਾਂ ਵਜੋਂ ਸਹੁੰ ਚੁੱਕ ਲਈ ਹੈ। ਭਾਰਤ ਦੇ ਚੀਫ ਜਸਟਿਸ ਡੀ ਵਾਈ ਚੰਦਰਚੂੜ ਨੇ ਦੋਵਾਂ ਜੱਜਾਂ ਨੂੰ ਸਹੁੰ ਚੁਕਾਈ। ਕਰਨਾਟਕਾ ਸਰਕਾਰ ਨੇ ਸਨਅਤੀ ਸੰਸਥਾਵਾਂ ਅਤੇ ਮਾਹਰਾਂ ਦੀਆਂ ਸ਼ੰਕਾਵਾਂ ਪ੍ਰਗਟੀਤੇ ਜਾਣ ਤੋਂ ਬਾਅਦ ਨਿੱਜੀ ਖੇਤਰ ਵਿਚ ਕੰਨੜ ਨਾਗਰਿਕਾਂ ਲਈ ਨੌਕਰੀਆਂ ਚ ਰਾਖਵੇਂ ਕਰਨ ਬਾਰੇ ਬਿੱਲ ਤੇ ਰੋਕ ਲਾਉਣ ਦਾ ਫੈਸਲਾ ਕੀਤਾ ਹੈ। ਉਦਯੋਗਾਂ, ਫੈਕਟਰੀਆਂ ਅਤੇ ਹੋਰ ਅਦਾਰਿਆਂ ਵਿਚ ਸਥਾਨਕ ਨਾਗਰਿਕਾਂ ਦੇ ਰੋਜ਼ਗਾਰ ਬਾਰੇ ਬਿੱਲ 2024 ਨੂੰ ਪਿਛਲੇ ਸੋਮਵਾਰ ਮੰਤਰੀ ਮੰਡਲ ਦੀ ਮੀਟਿੰਗ ਵਿਚ ਪਾਸ ਕੀਤਾ ਗਿਆ ਸੀ। ਇਸ ਵਿਚ ਕੰਨੜ ਨਾਗਰਿਕਾਂ ਨੂੰ 50% ਪ੍ਰਬੰਧਨ ਅਹੁਦਿਆਂ ਅਤੇ 75% ਗੈਰ ਪ੍ਰਬੰਧਨ ਅਹੁਦਿਆਂ ਤੇ ਨਿਯੁਕਤੀਆਂ ਅਤੇ ਗਰੁੱਪ ਸੀ ਅਤੇ ਗਰੁੱਪ ਡੀ ਦੀਆਂ ਅਸਾਮੀਆਂ ਲਈ 100% ਰਾਖਵੇਂ ਕਰਨ ਦੀ ਤਜਵੀਜ਼ ਕੀਤੀ ਗਈ ਸੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਕਾਰਜਕਾਲ ਦੇ ਪਹਿਲੇ ਸਾਲ ਦੇ 75 ਅਹਿਮ ਭਾਸ਼ਣਾਂ ਦੇ ਸੰਗ੍ਰਹਿ ਵਾਲੀ ਕਿਤਾਬ ਵਿੰਗਸ ਟੂ ਆਰ ਹੋਪਸ ਭਾਗ 1 ਅੱਜ ਨਵੀਂ ਦਿੱਲੀ ਵਿਚ ਰਿਲੀਜ਼ ਕੀਤੀ ਜਾਏਗੀ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਸੂਚਨਾ ਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਦੀ ਮੌਜੂਦਗੀ ਵਿਚ ਇਹ ਕਿਤਾਬ ਜਾਰੀ ਕਰਨਗੇ। ਇਹ ਕਿਤਾਬ ਪਬਲੀਕੇਸ਼ਨ ਡਿਵੀਜ਼ਨ ਨੇ ਪ੍ਰਕਾਸ਼ਿਤ ਕੀਤੀ ਹੈ। ਕਿਤਾਬ ਹਿੰਦੀ ਤੇ ਅੰਗਰੇਜ਼ੀ ਵਿਚ ਰਿਲੀਜ਼ ਕੀਤੀ ਜਾਏਗੀ। ਮਹਾਰਾਸ਼ਟਰ ਵਿਚ ਗੜਚਿਰੌਲੀ ਛੱਤੀਸਗੜ੍ਹ ਸਰਹੱਦ ਦੇ ਨਾਲ ਏਟਾਪੱਲੀ ਬਲਾਕ ਵਿਚ ਕੱਲ ਸ਼ਾਮੀ ਗੜਚਿਰੌਲੀ ਪੁਲਿਸ ਵੱਲੋਂ ਨਕਸਲ ਵਿਰੋਧੀ ਮੁਹਿੰਮ ਵਿਚ 12 ਮਾਓਵਾਦੀ ਮਾਰੇ ਗਏ ਨੇ। ਵੰਡੋਲੀ ਪਿੰਡ ਦੇ ਜੰਗਲਾਤ ਇਲਾਕੇ ਵਿਚ ਨਕਸਲ ਵਿਰੋਧੀ ਮੁਹਿੰਮ ਚਲਾ ਰਹੀ ਪੁਲਿਸ ਪਾਰਟੀ ਤੇ ਨਕਸਲੀਆਂ ਨੇ ਗੋਲੀ ਚਲਾ ਦਿੱਤੀ।
ਪੁਲਿਸ ਨੇ ਜਵਾਬੀ ਕਾਰਵਾਈ ਕੀਤੀ। ਗੜਚਿਰੌਲੀ ਦੇ ਐਸਪੀ ਨਿਲੋਤਪਾਲ ਨੇ ਦਸਿਆ ਕਿ ਇਸ ਮੁਕਾਬਲੇ ਵਿਚ 12 ਨਕਸਲੀ ਮਾਰੇ ਗਏ ਨੇ। ਉਨਾਂ ਕਿਹਾ ਕਿ ਇਸ ਇਲਾਕੇ ਵਿਚ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਗਈ ਏ। ਪੁਲਿਸ ਨੇ 12 ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਨੇ। ਇਨਾਂ ਕੋਲੋਂ 3 AK-47 ਰਾਈਫਲਾਂ, 2 ਇਨਸਾਸ ਰਾਈਫਲਾਂ, 1 ਕਾਰਬਾਈਨ ਅਤੇ 1 ਸੈਲਫ ਲੋਡਿੰਗ ਰਾਈਫਲ ਸਮੇਤ ਹਥਿਆਰ ਵੀ ਬਰਾਮਦ ਕੀਤੇ ਗਏ ਨੇ। ਛੱਤੀਸਗੜ੍ਹ ਵਿਚ ਬੀਤੀ ਦੇਰ ਰਾਤ ਮਾਓਵਾਦੀਆਂ ਵੱਲੋਂ ਹਮਲੇ ਵਿਚ ਸਪੈਸ਼ਲ ਟਾਸਕ ਫੋਰਸ ਦੇ 2 ਜਵਾਨ ਸ਼ਹੀਦ ਹੋ ਗਏ ਅਤੇ 4 ਜ਼ਖਮੀ ਹੋ ਗਏ ਨੇ। ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਸਪੈਸ਼ਲ ਟਾਸਕ ਫੋਰਸ ਦੀ ਟੀਮ ਸੂਬੇ ਦੇ ਬੀਜਾਪੁਰ ਅਤੇ ਸੁਕਮਾ ਜ਼ਿਲ੍ਹਿਆਂ ਦੀ ਸਰਹੱਦ ਤੇ ਮਾਓਵਾਦੀਆਂ ਵਿਰੁੱਧ ਕਾਰਵਾਈ ਕਰ ਰਹੀ ਸੀ ਤਾਂ ਉਸ ਸਮੇਂ ਮਾਓਵਾਦੀਆਂ ਨੇ ਟੀਮ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਕ IED ਧਮਾਕਾ ਕਰ ਦਿੱਤਾ। ਕੱਲ੍ਹ ਜਾਰੀ ਤਾਜ਼ਾ ICC 2020 ਬੱਲੇਬਾਜ਼ੀ ਰੈਂਕਿੰਗ ਵਿਚ ਭਾਰਤ ਦੇ ਸੂਰਯ ਕੁਮਾਰ ਯਾਦਵ ਨੇ ਆਪਣਾ ਦੂਜਾ ਸਥਾਨ ਬਰਕਰਾਰ ਰਖਿਆ ਜਦਕਿ ਯਸ਼ਸਵੀ ਜੈਸਵਾਲ ਨੇ 6ਵਾਂ ਸਥਾਨ ਹਾਸਲ ਕੀਤਾ ਹੈ। ਰਿਤੂਰਾਜ ਗਾਇਕਵਾੜ ਬੱਲੇਬਾਜ਼ੀ ਰੈਂਕਿੰਗ ਚ ਇਕ ਸਥਾਨ ਹੇਠਾਂ ਕੇ 8ਵੇਂ ਸਥਾਨ ਤੇ ਪਹੁੰਚ ਗਏ। ਜ਼ਿੰਬਾਬਵੇ ਖਿਲਾਫ 2020 ਸੀਰੀਜ਼ 4-1 ਨਾਲ ਜਿੱਤਣ ਤੋਂ ਬਾਅਦ ਭਾਰਤੀ ਖਿਡਾਰੀਆਂ ਦੀ ਤਾਜ਼ਾ ਰੈਂਕਿੰਗ ਚ ਭਾਰੀ ਸੁਧਾਰ ਹੋਇਆ ਹੈ। 2020 ਆਲਰਾਊਂਡਰ ਰੈਂਕਿੰਗ ਚ ਹਾਰਦਿਕ ਪੰਡਿਆ ਚੋਟੀ ਤੇ ਹੈ। ਚੋਟੀ ਦੇ 10ਾਂ ਵਿਚ ਇਕਲੌਤਾ ਪਾਰਟੀ ਹੈ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫੇਰ ਸੁਣ ਲਓ। CBI ਨੇ ਏਮਸ ਪਟਨਾ ਦੇ 3 ਮੈਡੀਕਲ ਵਿਦਿਆਰਥੀਆਂ ਨੂੰ ਨੀਟ UG ਪੇਪਰ ਲੀਕ ਮਾਮਲੇ ਵਿਚ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਹੈ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਕੱਲ੍ਹ ਮੌਰੀਸ਼ੀਅਸ ਵਿਚ ਭਾਰਤ ਦੇ ਪਹਿਲੇ ਵਿਦੇਸ਼ੀ ਜਨ ਔਸ਼ਧੀ ਕੇਂਦਰ ਦਾ ਉਦਘਾਟਨ ਕੀਤਾ ਹੈ। ਵਿਦੇਸ਼ ਸਕੱਤਰ ਵਿਕਰਮ ਮਿਸਰੀ ਭਲਕੇ ਤੋਂ ਭੂਟਾਨ ਦੇ 2 ਦਿਨਾਂ ਸਰਕਾਰੀ ਦੌਰੇ ਤੇ ਹੋਣਗੇ ਤੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੂੰ COVID-19 ਲਈ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਰਾਸ਼ਟਰਪਤੀ ਚੋਣ ਦੀ ਦੌੜ ਤੋਂ ਬਾਹਰ ਹੋਣ ਲਈ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਆਕਾਸ਼ਵਾਣੀ ਜਲੰਧਰ ਤੋਂ ਖ਼ਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।